ਜੇ ਮਿਬਰਾਰ ਤੁਸੀਂ ਦੇਖ ਰਹੇ ਹੋ ਜਸ ਤੇ ਵੀ ਅੱਜ ਫਿਰ ਹਾਜ਼ਰਾਂ ਹਰ ਮੰਡੇ ਦੀ ਤਰ੍ਹਾਂ ਆਪਾਂ 11 ਤੋਂ 12 ਜਿਹੜਾ ਲਾਈਵ ਲੈ ਕੇ ਆਉਨੇ ਆ ਲੇਕਿਨ ਅੱਜ ਐਤ ਕੀ ਆਪਾਂ ਨਵੀਂ ਗੱਲ ਇਹ ਆ ਕਿ ਆਪਾਂ ਰੋਡ ਸ਼ੋਅ ਲੈ ਕੇ ਨਿਕਲੇ ਆ 2021 ਦਾ ਜਿਹੜਾ ਜਸ ਪੰਜਾਬੀ ਦੀ ਪੂਰੀ ਟੀਮ ਅੱਜ ਆਪਾਂ ਵਿਸਕਾਂਸਨ ਮਿਲਵਾਕੀ ਦੇ ਵਿੱਚ ਬੈਠੇ ਹੋਏ ਆ ਇੱਥੋਂ ਆਪਾਂ ਲਾਈਵ ਕੀਤਾ ਲਾਈਵ ਕਰਨ ਦਾ ਰੀਜ਼ਨ ਇਹ ਸੀ ਕਿ ਜਿੰਨੇ ਆਪਣੇ ਸਰੋਤੇ ਐ ਸਪੈਸ਼ਲੀ ਵਿਸਕਾਂਸਨ ਦੇ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਆਪਾਂ ਇੱਥੇ ਹਰ ਸਿਟੀ ਵਿੱਚ ਆ ਕੇ ਇਹ ਕਰਨਾ ਚਾਹੁੰਦੇ ਆਂ ਲਾਈਵ ਕਮਿਊਨਿਟੀਜ਼ ਆ ਜਿਹੜਾ ਕਮਿਊਨਿਟੀ ਕਨੈਕਟ ਦਾ ਤਾਂ ਕਿ ਜਿਹੜੀ ਕਮਿਊਨਿਟੀ ਆ ਉਹਦੇ ਵਿੱਚ ਜਾ ਕੇ ਅਸੀਂ ਵਿਚਰੀਏ ਸਾਨੂੰ ਪਤਾ ਲੱਗੇ ਕਿ ਸਾਡੀ ਕਮਿਊਨਿਟੀ ਦੇ ਵਿੱਚ ਕਿਹੜੀਆਂ-ਕਿਹੜੀਆਂ ਜ਼ਰੂਰਤਾਂ ਨੇ ਜਿਹੜੀਆਂ ਅਸੀਂ ਪੂਰੀਆਂ ਕਰ ਸਕੀਏ ਅੱਜ ਏਸੀ ਕਰਕੇ ਇੱਥੇ ਆਏ ਸੀ ਸੰਡੇ ਦੇ ਆਏ ਹੋਏ ਆ ਤੇ ਦੋ ਗੁਰੂ ਘਰਾਂ ਵਿੱਚ ਵੀ ਗਏ ਬਹੁਤ ਵਧੀਆ ਗੁਰੂ ਘਰ ਨੇ ਬਹੁਤ ਵਧੀਆ ਦੋਨੇ ਕਮੇਟੀਆਂ ਨੇ ਜਿਨ੍ਹਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਸਾਨੂੰ ਪੂਰੀ ਜਿਹੜੀ ਆ ਸੈਂਸਨੈਟੀ ਦੀ ਕਮਿਊਨਿਟੀ ਨੂੰ ਰੂਬਰੂ ਕੋਨ ਨੂੰ ਕਾਫੀ ਸੰਗਤਾਂ ਮਿਲੀਆਂ ਦੋਨੇ ਗੁਰੂ ਘਰ ਮਥਾ ਟੇਕਿਆ ਤੇ ਮਨ ਬੜਾ ਪ੍ਰਸੰਨ ਹੋਇਆ ਕਿ ਸਾਡੇ ਲੋਕ ਸਾਰੀਆਂ ਸਟੇਟਾਂ ਦੇ ਵਿੱਚ ਜਾ ਕੇ ਗੁਰੂ ਘਰਾਂ ਨੂੰ ਲੈ ਕੇ ਕਿੰਨੇ ਹੀ ਉਤਸ਼ਾਹਿਤ ਨੇ ਔਰ ਕਿੱਦਾਂ ਜੁੜੇ ਹੋਏ ਨੇ ਜਦੋਂ ਆਪਾਂ ਗੱਲ ਕਰਦੇ ਹਾਂ ਪੰਜਾਬੀ ਤੇ ਪੰਜਾਬੀਅਤ ਦੀ ਗੁਰੂ ਘਰ ਤੋਂ ਜਾ ਕੇ ਹੀ ਤੁਹਾਨੂੰ ਪਤਾ ਲੱਗਦਾ ਕਿ ਸੰਗਤਾਂ ਜਿਹੜੀਆਂ ਨੇ ਉਹ ਕਿੰਨਾ ਮਨੋਂ ਤਨੋਂ ਹੋ ਕੇ ਸੇਵਾ ਕਰਦੀਆਂ ਨੇ ਔਰ ਆ ਕਰੋਨਾ ਦੇ ਬਾਵਜੂਦ ਵੀ ਜਿਹੜੀਆਂ ਸਾਡੀਆਂ ਸੰਗਤਾਂ ਉਹ ਘਟੀਆਂ ਜਰੂਰ ਸੀ ਲੇਕਿਨ ਹੁਣ ਵਾਪਸ ਆਉਣ ਲੱਗ ਗਈਆਂ ਬਾਕੀ ਸਾਰੇ ਜਾਣਦੇ ਹੋ ਸਪੈਸ਼ਲੀ ਬਿਸਕੰਸਨ ਦੇ ਉਸ ਗੁਰੂ ਘਰ ਬਾਰੇ ਜਿੱਥੇ ਅਸੀਂ ਵਿਜ਼ਿਟ ਵੀ ਕੀਤਾ ਉਹ ਕੀ ਕਰਕੇ ਉਹ ਜਾਣਿਆ ਜਾਂਦਾ ਜਿੱਥੇ ਸ਼ੂਟਿੰਗ ਕੀਤੀ ਗਈ ਸੀ 12 ਦੇ ਵਿੱਚ ਉੱਥੇ ਕਾਫੀ ਦਿੱਥਾਂ ਵੀ ਹੋਈਆਂ ਲੇਕਿਨ ਵਾਪਸ ਲੋਕਾਂ ਦਾ ਉਤਸ਼ਾਹ ਦੇਖ ਕੇ ਬੜਾ ਹੀ ਮਨ ਪਸੰਦ ਹੋਇਆ ਕਿ ਸਾਡੀ ਪੰਜਾਬੀ ਕਿੰਨੇ ਹੰਭਲ ਨੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਵੈਸੇ ਜਿਹੜੀ ਮੈਂ ਦੱਸਣਾ ਚਾਹੁੰਦਾ ਕਿ ਇੱਥੇ ਦੀ ਗਵਰਨਮੈਂਟ ਜਿਹੜੇ ਸਟੇਟ ਗਵਰਨਰ ਆ ਔਰ ਪੁਲਿਸ ਡਿਪਾਰਟਮੈਂਟ ਫॉर ਇਨਰ ਫਾਇਰ ਡਿਪਾਰਟਮੈਂਟ ਜਿੰਨੇ ਡਿਪਾਰਟਮੈਂਟ ਸਿਕੂਨਾਂ ਨੇ ਉਸ ਟਾਈਮ ਤੇ ਬੜੀ ਵੱਡੀ ਹੈਲਪ ਕੀਤੀ ਸੀ ਤਾਂ ਕਿ ਜੋ ਸਾਡੀ ਕਮਿਊਨਿਟੀ ਨੂੰ ਜਿਹਨੂੰ ਆਪਾਂ ਹੇਟ ਕਰਾਇਮ ਕਹਿ ਦਿੰਦੇ ਆ ਉਹ ਵਾਪਿਸ ਨਾ ਹੋ ਸਕੇ ਇਹ ਬੜੀ ਵੱਡੀ ਗੱਲ ਹੈ ਜਿਹੜੇ ਗਵਰਨਰ ਨੇ ਲੋਕਲ ਤੇ ਜਾਂ ਮੇਅਰ ਆ ਜਾਂਦਾ ਪੁਲਿਸ ਵਾਲੇ ਆ ਜਾਂਦੇ ਚੀਫ ਆ ਜਾਂਦੇ ਉਹ ਫੁੱਲ ਹਾਲੇ ਵੀ ਫੁੱਲ ਹੈਲਪ ਕਰਦੇ ਨੇ ਕਿ ਜਿਹੜਾ ਹੇਟ ਕਰਾਇਮ ਆ ਉਹ ਤੋਂ ਆਪਾਂ ਪਰੇ ਰਹੀਏ ਜਾਂ ਉਥੇ ਹੋ ਨਾ ਸਕੇ ਜਾਂ ਕੋਈ ਵੀ ਇਦਾਂ ਦੀ ਘਟਨਾ ਨਾ ਘਟੀ ਜਾਵੇ ਫਿਰ ਵੀ ਆਪਾਂ ਵਿਸਕਾਂਸਨ ਦੇ ਸ਼ਹਿਰ ਚ ਦੇਖਿਆ ਆ ਕੇ ਕਿ ਬਹੁਤ ਵਧੀਆ ਮਿੱਠਾ ਜਿਹਾ ਸ਼ਹਿਰ ਆ ਜਿੱਥੇ ਜਿਹੜੀ ਘਰਾਂ ਦੀ ਕੋਸਟ ਵੀ ਨਹੀਂ ਜਿਆਦੀ ਹੈਗੀ ਜਿਹਦੇ ਬਿਜ਼ਨਸ ਵੀ ਓਪਨ ਮਿਲ ਜਾਂਦੇ ਨੇ ਤੇ ਜਿੰਨੇ ਪੰਜਾਬੀ ਰਹਿੰਦੇ ਨੇ ਉਹ ਵੈਲਥ ਸੈਟਰਡ ਨੇ ਇਸ ਗੱਲ ਦੀ ਖੁਸ਼ੀ ਹੋਈ ਕਿ ਕੱਲ ਕਾਫੀ ਰੈਸਟੋਰੈਂਟ ਵਿੱਚ ਗਏ ਪਤਾ ਲੱਗਾ ਕਿ 11-12 ਇੰਡੀਅਨ ਰੈਸਟੋਰੈਂਟ ਨੇ ਤੇ ਬਾਕੀ ਜਿਹੜੇ ਆਪਣੇ ਟਰੱਕਾਂ ਦਾ ਕੰਮ ਹਰ ਇੱਕ ਤਰ੍ਹਾਂ ਦਾ ਕੰਮ ਹੈ ਉਹ ਦੇਖ ਕੇ ਮਨ ਖੁਸ਼ ਹੋ ਜਾਂਦਾ ਕਿ ਅਸੀਂ ਕਿਸੇ ਵੀ ਸਟੇਟ ਜਾਈਏ ਤੇ ਉੱਥੇ ਦੀ ਕਮਿਊਨਿਟੀ ਨੂੰ ਮਿਲিয়ে ਕਮਿਊਨਿਟੀ ਤੋਂ ਪਤਾ ਲੱਗਦਾ ਕਿ ਆਪਾਂ ਕਿਦਾਂ ਸਾਰਾ ਕੁਝ ਵੇਚ ਰਿਹਾ ਇਹਨਾਂ ਗੱਲਾਂ ਤੋਂ ਪ੍ਰਭਾਵ ਹੋ ਕੇ ਅਸੀਂ ਮਨ ਨੂੰ ਇਹ ਸ਼ਾਂਤੀ ਮਿਲੀ ਕੇ ਅਸੀਂ ਕਦੀ ਵੀ ਹੋਰ ਸਟੇਟ 'ਚ ਵੀ ਜਾਈਏ ਜਿੱਥੇ ਅਜੇ ਤੱਕ ਨਹੀਂ ਗਏ ਜਸਟ ਈ ਵੀ ਦੀ ਇਹ ਕੋਸ਼ਿਸ਼ ਹੋਊਗੀ ਕਿ ਹਰ ਸਟੇਟ 'ਵਿਚ ਜਾ ਕੇ ਉੱਥੇ ਦੀ ਕਮਿਊਨਿਟੀ ਨੂੰ ਜ਼ਰੂਰ ਮਿਲੀਏ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਹਰ ਸਟੇਟ ਦੇ ਵਿੱਚੋਂ ਪ੍ਰੋਗਰਾਮ ਕਰੀਏ ਉੱਥੇ ਗੁਰੂ ਘਰ ਨਹੀਂ ਹੈ ਤਾਂ ਪਰਸਨਲ ਤੌਰ ਤੇ ਬੰਦੇ ਨੂੰ ਮਿਲ ਕੇ ਆਪਾਂ ਐਸਾ ਜਿਹਾ ਪ੍ਰੋਗਰਾਮ ਲੈ ਕੇ ਆਈਏ ਕਿ ਅਸੀਂ ਇੱਕ ਸਾਨੂੰ ਲੱਗੇ ਕਿ ਅਸੀਂ ਪਿੰਡ ਪਿੰਡ ਵਿਚਰ ਰਹੇ ਹਾਂ ਪਿੰਡ ਪਿੰਡ ਦਾ ਮਤਲਬ ਜਿੱਦਾਂ ਆਪਾਂ ਪਿੰਡਾਂ ਵਿੱਚ ਜਾ ਕੇ ਪੰਜਾਬ ਦੇ ਵਿੱਚ ਸਪੈਸ਼ਲੀ ਹਰ ਇੱਕ ਬੰਦੇ ਤੋਂ ਪਤਾ ਕਰਦੇ ਕਿ ਜੀ ਕੀ ਚੱਲਦਾ ਪਿੰਡ ਦੇ ਵਿੱਚ ਅਸ ਜਸਟ ਟੀਵੀ ਦੀ ਇਹ ਇੱਕ ਵੱਡੀ ਕੋਸ਼ਿਸ਼ ਹੋਊਗੀ ਕਿ ਹਰ ਸਟੇਟ 'ਚੋਂ ਜਾ ਕੇ ਹਰ ਬਖਰੀ ਜਗ੍ਹਾ ਤੋਂ ਉੱਥੇ ਪੰਜਾਬੀਆਂ ਨੂੰ ਲੱਭਿਆ ਜਾਵੇ ਲੱਭਣ ਦਾ ਖੈਰ ਗਵਾਚੇ ਨਹੀਂ ਪੰਜਾਬੀ ਹਰ ਜਗ੍ਹਾ ਮਿਲ ਜਾਂਦੇ ਨੇ ਔਰ ਇੱਥੇ ਤੱਕ ਵੀ ਹੁੰਦਾ ਮੈਂ ਮੈਕਸੀਕੋ ਗਿਆ ਉੱਥੇ ਵੀ ਸੀਗੇ ਵਾਪਸ ਆਪਾਂ ਅਮਰੀਕਾ ਹੀ ਰਹਿਨੇ ਆ ਕਿਉਂਕਿ ਮੈਕਸੀਕੋ ਨੂੰ ਚਲੇ ਗਿਆ ਤਾਂ ਫਿਰ ਗਾਂਹ ਹੋਰ ਥੱਲੇ ਮੁਲਕ ਪੈਂਦੇ ਨੇ ਬਾਹਰ ਤਾਂ ਆਪਾਂ ਇੰਨੀ ਦੂਰ ਨਹੀਂ ਜਾਣਾ वैसे भी कोरोना महामारी ਦੇ ਵਿੱਚ ਅੱਜ ਕੱਲ ਵੀਜ਼ੇ ਨਹੀਂ ਲੱਗਦੇ ਉਹਦੇ ਕਰਕੇ ਥੋੜੀ ਪ੍ਰੋਬਲਮ ਆਈ ਹੋਈ ਸਾਰਿਆਂ ਨੂੰ ਲੇਕਿਨ ਫਿਰ ਵੀ ਆਪਾਂ ਸ਼ਿਕਾਗੋ ਗਏ ਉੱਥੇ ਕੌਂਸਲਰੇਟ ਨਾਲ ਵੀ ਮੀਟਿੰਗ ਰੱਖੀ ਗਈ ਆ ਤੇ ਉਹ ਵੀ ਆਪਾਂ ਜ਼ਰੂਰ ਕਵਰ ਕਰਾਂਗੇ ਅੱਜਾਂ ਕੱਲ ਨੂੰ ਕਿ ਕਿੱਥੇ ਜਾ ਕੇ ਉਹਨਾਂ ਨੂੰ ਕਵਰੇਜ ਦਿੱਤੀ ਜਾਵੇ ਉਹਨਾਂ ਨਾਲ ਗੱਲਬਾਤ ਕਰਕੇ ਜਿਹੜਾ ਆਪਣਾ ਵੀਜ਼ੇ ਦਾ ਚੱਕਰ ਆ ਉਹ ਵੀ ਉਹਨਾਂ ਤੋਂ ਜ਼ਰੂਰ ਪਤਾ ਕਰਨਾ ਆ ਕਿ ਵੀਜ਼ਾ ਲਗਾਉਣ ਨੂੰ ਜੇ ਐਮਰਜੈਂਸੀ ਵੀਜ਼ਾ ਹੋਵੇ ਜਾਂ ਕਿਸ ਤਰ੍ਹਾਂ ਦਾ ਵੀ ਹੋਵੇ ਅੱਜ ਦੂਸਰਾ ਹੀ ਮੈਂ ਸਾਰੇ ਜਿੰਨੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਆਪਣਾ ਕਾਲਾਂ ਦਾ سلسلہ ਉਹ ਨਹੀਂ ਹੋ ਸਕਦਾ ਕਿਉਂਕਿ ਸ਼ਹਿਰ ਤੋਂ ਬਾਹਰ ਆ ਕੇ ਬੈਠੇ ਆਂ ਇਹਨੇ ਆਪਣੇ ਸਟੂਡੀਓ ਤੋਂ ਔਰ ਥੋੜੀ ਪ੍ਰੋਬਲਮ ਆ ਰਹੀ ਆ ਕਦੀ ਕਦੀ ਕਿ ਜਿਹੜੀ ਕਾਲ ਲੈਣੀ ਥੋੜੀ ਔਖੀ ਹੋ ਜਾਂਦੀ ਆ ਤੇ ਆਪਾਂ ਇਹ ਗੱਲਾਂ ਬਾਤਾਂ ਜਿਹੜੀਆਂ ਇਸ ਤਰ੍ਹਾਂ ਜਾਰੀ ਰੱਖਦੇ ਆਂ ਜਾਰੀ ਰੱਖਣ ਦੇ ਬਾਵਜੂਦ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਬ੍ਰੇਕ ਤੋਂ ਬਾਅਦ ਫੇਰ ਆ ਕੇ ਇਹੀ ਗੱਲਾਂ ਬਾਤਾਂ ਮਿਲਵਾਕੀ ਦੀਆਂ ਕੁਝ ਖਾਸ ਗੱਲਾਂ ਜਿਹੜੀਆਂ ਨੇ ਉਹ ਤੁਹਾਨੂੰ ਜੂਰ ਦੱਸਾਂਗੇ ਦਿਓ ਇੱਕ ਬ੍ਰੇਕ ਛੋੜੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਆਂ ਧੰਨਵਾਦ ਇਹ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਆਪਾਂ ਗੱਲਬਾਤ ਉਹੀ ਆ ਕਿ ਜਿੱਥੇ ਜਾਓ ਉੱਥੇ ਜਾ ਕੇ ਆਪਾਂ ਉੱਥੇ ਦੇ ਹਾਲ ਜਰੂਰ ਬਿਆਨ ਕਰਨਾ ਚਾਹੁੰਦੇ ਆ ਕਿ ਬਿਸਕੰਸਨ ਹੈ ਜੋ ਬਿਸਕੰਸਨ ਦੇ ਵਿੱਚ ਕਾਫੀ ਮਸ਼ਹੂਰ ਆ ਜੇ ਦਰਸ਼ਕਾਂ ਨੂੰ ਨਹੀਂ ਪਤਾ ਬਿਸਕਾਂਸਨ ਮਸ਼ਹੂਰ ਆ ਡੀਅਰ ਹੰਟਿੰਗ ਲਈ ਡੀਅਰ ਬਹੁਤ ਹੈਵੀ ਐ ਇੱਥੇ ਜਿਹੜੇ ਲੋਕ ਡੀਅਰ ਹੰਟਿੰਗ ਕਰਦੇ ਨੇ ਜਾਂ ਸ਼ਕੀਨ ਨੇ ਉਹਨਾਂ ਨੂੰ ਇਹ ਜਰੂਰ ਦੱਸਣਾ ਹੈ ਦੂਸਰਾ ਬਿਸਕਾਂਸਨ ਦੀ ਸਭ ਤੋਂ ਵਧੀਆ ਗੱਲ ਲੱਗੀ ਕਿ ਬਹੁਤ ਹੀ ਵਧੀਆ ਨਾ ਉੱਚਾ ਨੀਵਾ ਵਧੀਆ ਲੈਂਡ ਆ ਜਿੱਥੇ ਦਰਖਤਾਂ ਦੀ ਬਾੜੀ ਹਰਿਆਲੀ ਆ ਕਿ ਬਹੁਤ ਸਟੇਟਾਂ ਵਿੱਚ ਜਾਈਏ ਪਤਾ ਲੱਗਦਾ ਕਿ ਉੱਥੇ ਜਿੱਥੇ ਸਪੈਸ਼ਲੀ ਵੈਂਟਰ ਦੇ ਵਿੱਚ ਜਿਹੜੀਆਂ ਸਾਰੀਆਂ ਸਟੇਟਾਂ ਨੇ ਇੱਥੇ ਘੱਟ ਹੁੰਦੀਆਂ ਲੇਕਿਨ ਬਿਸਕਾਂਸਨ ਦੇ ਵਿੱਚ ਹਰਿਆ ਔਰ ਅਪ ਟੂ ਡੇਟ ਚੀਜ਼ਾਂ ਬਹੁਤ ਦੇਖਣ ਨੂੰ ਮਿਲੀਆਂ ਬੰਨ ਖੁਸ਼ ਹੋ ਗਿਆ ਕਿ ਬਾਹਰ ਗਏ ਕੁਝ ਅਲੱਗ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਜੇ ਕੋਈ ਮੇਰਾ ਭੈਣ ਭਰਾ ਚਾਵੇ ਆਪਾਂ ਜਰੂਰ ਬੋਲਦੇ ਨੇ ਕਿ ਮੇਰਾ ਪਰਸਨਲ ਨੰਬਰ ਇੰਡੀਆ ਦਾ 317 538 5385 ਔਰ ਤੁਸੀਂ ਈਮੇਲ ਕਰਨੇ ਚਾਹੁੰਦੇ ਹੋ ਬਰਾਡ@ਜਸਬ੍ਰੋਡਕਾਸਟਿੰਗ.ਕਾਮ ਜਾਂ info@broadcasting.com ਤੇ ਸਾਨੂੰ ਈਮੇਲ ਭੇਜ ਕੇ ਦੱਸ ਸਕਦੇ ਹੋ ਕਿ ਜਾਂ ਸਾਨੂੰ ਤੁਸੀਂ ਆਪਣੇ ਸ਼ਹਿਰ ਸ਼ਹਿਰ ਆਲੇ ਦੁਆਲੇ ਹੋਵੇ ਜਿੱਥੋਂ ਕਿ ਅਸੀਂ 4-5 ਘੰਟੇ ਦੀ ਡਰਾਈਵ ਕਰਕੇ ਜਾਂ ਲੰਬੀ ਵੀ ਹੋਵੇ ਤਾਂ ਵੀ ਆਸਾਨੂੰ ਨੋਟਿਸ ਦਿਓ ਕਿ ਸਾਡੇ ਸ਼ਹਿਰ ਵਿੱਚ ਆ ਕੇ ਜਿੱਥੇ ਅਸੀਂ ਅਜੇ ਤੱਕ ਨਹੀਂ ਕਵਰੇਜ ਕਰ ਸਕੇ ਅਸੀਂ ਚਾਹੁੰਦੇ ਹਾਂ ਕਿ ਜਸਟ ਟੀਵੀ ਨੂੰ ਲੈ ਕੇ ਉੱਥੇ ਕਵਰੇਜ ਕਰੀਏ ਤਾਂ ਕਿ ਜਿੱਥੇ ਵੀ ਕੋਈ ਮੇਠਾ ਸਾਨੂੰ ਪਤਾ ਲੱਗੇ ਕਿ ਇਸ ਸ਼ਹਿਰ ਦੇ ਵਿੱਚ ਪੰਜਾਬੀ ਬੈਠੇ ਨੇ ਸ਼ਹਿਰ ਉਹ ਕੋਈ ਵੀ ਹੋਵੇ ਜਿੱਥੇ ਤੱਕ ਅਸੀਂ ਪਹੁੰਚ ਸਕਦੇ ਹਾਂ ਅਸੀਂ ਪਹੁੰਚਣਾ ਚਾਹੁੰਦੇ ਹਾਂ ਉਹਦਾ ਕਾਰਨ ਇਹੀ ਆ ਕਿ ਸਾਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਕਿ ਪੰਜਾਬੀ ਕਿਹੜੇ-ਕਿਹੜੇ ਸ਼ਹਿਰ 'ਚ ਨੇ ਉਹ ਅਸੀਂ ਜ਼ਰੂਰ ਚਾਹਾਂਗੇ ਪੰਜਾਬੀਆਂ ਤੋਂ ਸਾਨੂੰ ਇਸ ਪਾਸੇ ਪਤਾ ਲੱਗੇ ਸਾਡੀ ਕਮਿਊਨਿਟੀ ਹੈ ਔਰ ਅਸੀਂ ਆਪਣੀ ਕਮਿਊਨਿਟੀ ਨੂੰ ਜ਼ਰੂਰ ਰੋਬਰੂ ਕਰਾਈਏ ਕਿ ਅਸੀਂ ਅਲੱਗ-ਅਲੱਗ ਸ਼ਹਿਰ ਦੇ ਵਿੱਚ ਜਾ ਕੇ ਜਿੰਨੇ ਪੰਜਾਬੀ ਬੈਠੇ ਨੇ ਉੱਥੇ ਉਹਨਾਂ ਨਾਲ ਗੱਲਬਾਤ ਕਰੀਏ ਇੱਥੇ ਜਿਸ ਤਰ੍ਹਾਂ ਬਸਕੰਨਸਨ ਦੇ ਵਿੱਚ ਗੱਲ ਹੋਈ ਦੋਨੋਂ ਗੁਰੂ ਘਰਾਂ ਦੇਆਂ ਜਿਹੜੀਆਂ ਕਮੇਟੀਆਂ ਸੀ ਉਹਨਾਂ ਨੇ ਬਹੁਤ ਹੀ ਸਾਨੂੰ ਵੈਲਕਮ ਕੀਤਾ ਔਰ ਹਰ ਪਾਸਿਓ ਸਾਡੀ ਮਦਦ ਕੀਤੀ ਕਿ ਅਸੀਂ ਜੋ ਵੀ ਸਾਨੂੰ ਚਾਹੀਦਾ ਉਹਨਾਂ ਨੇ ਉਹ ਪ੍ਰੋਵਾਈਡ ਕੀਤਾ ਇਹ ਮਨ ਖੁਸ਼ ਹੋ ਜਾਂਦਾ ਕਿ ਪੰਜਾਬ ਇਹ ਵੈਸੇ ਤਾਂ ਪੰਜਾਬੀਆਂ ਦੀ ਜਿਹੜੀ ਇਹ ਆਉ ਭਗਤਿਆ ਉਹਨਾਂ ਦੇ ਬਲੱਡ ਵਿੱਚ ਵਸੀ ਹੋਈ ਆ ਲੇਕਿਨ ਫਿਰ ਵੀ ਜਦੋਂ ਕਿਤੇ ਜਾ ਕੇ ਕੋਈ ਥੋੜਾ ਸਤਿਕਾਰ ਕਰਦਾ ਜਾਂ ਵੈਲਕਮ ਹੁੰਦਾ ਉਦੋਂ ਬਹੁਤ ਅੱਛਾ ਲੱਗਦਾ ਵੀ ਚਲੋ ਸਾਡੇ ਜਿਹੜੇ ਪੰਜਾਬੀ ਇੱਕ ਵਿਰਸਾ ਤਾਂ ਨਹੀਂ ਭੁੱਲੇ ਅਸੀਂ ਹੌਲੀ ਹੌਲੀ ਕਾਫੀ ਵਿਰਸੇ ਜਿਹੜੇ ਆ ਉਹ ਭੁੱਲਦੇ ਜਾ ਰਹੇ ਆ ਲੇਕਿਨ ਆ ਜਿਹੜਾ ਵੈਲਕਮ ਵਾਲਾ ਵਿਰਸਾ ਉਹ ਮੈਨੂੰ ਲੱਗਦਾ ਨਹੀਂ ਕਿ ਕਦੀ ਪੰਜਾਬੀਆਂ ਦੇ ਦਿਲ ਚੋਂ ਨਿਕਲੂਗਾ ਜਾਂ ਉਹਨਾਂ ਦੇ ਬਲੱਡ ਚੋਂ ਜਾਊਗਾ ਕਿਉਂਕਿ ਸਾਡਾ ਕਿਸੇ ਵੀ ਮਹਿਮਾਨ ਨੂੰ ਲੈ ਕੇ ਆਓ ਭਗਤ ਕਰਨਾ ਇਹ ਸਾਡੇ ਕਲਚਰ ਵਿੱਚ ਬਸਿਆ ਹੋਇਆ ਸਾਡੇ ਬਲੱਡ ਵਿੱਚ ਬਸਿਆ ਹੋਇਆ ਜਿਸ ਦਾ ਕਰਕੇ ਅਸੀਂ ਇੱਕ ਦੂਜੇ ਨਾਲ ਕਨੈਕਟ ਰਹਿੰਦੇ ਆਂ ਮੈਂ ਸਾਰਿਆਂ ਨੂੰ ਜਿੰਨੇ ਵੀ ਬਿਸਕਾਨਸਨ ਦੇ ਵਿੱਚ ਅੱਜ ਟੀਵੀ ਦੇਖ ਰਹੇ ਆ ਉਹਨਾਂ ਸਾਰੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਗਾ ਕਿ ਸਾਰੀ ਹੀ ਬਿਸਕਾਨਸਨ ਸਟੇਟ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਸਹਿਯੋਗ ਦਿੱਤਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਪ੍ਰੋਗਰਾਮ ਜਿਹੜੇ ਇਹਨਾਂ ਨੇ ਅਲੀਕੇ ਨੇ ਜਿਸ ਤਾਕੇ ਸੰਤ ਪ੍ਰੇਮ ਸਿੰਘ ਦੀ ਵਰਸੀ ਹਰ ਸਾਲ ਮਨਾਉਂਦੇ ਨੇ ਇਹਨਾਂ ਨੇ ਕਿਹਾ ਕਿ ਤੁਸੀਂ ਜਦੋਂ ਵੀ ਉਹਨਾਂ ਦੀ ਵਰਸੀ ਆ ਜੂਨ ਦੇ ਵਿੱਚ ਇਹ ਮਨਾਉਣੇ ਜਾ ਰਹੇ ਆ ਉਦੋਂ ਆਪਾਂ ਜਰੂਰ ਇੱਥੋਂ ਲਾਈਵ ਕਰਾਂਗੇ ਜਿਹੜੇ ਗੁਰੂ ਘਰ ਨੇ ਕਿਹਾ ਕਿ ਇਸ ਗੁਰੂ ਘਰ ਮਨਾਉਨੇ ਆ ਉੱਥੇ ਆਪਾਂ ਆ ਕੇ ਜੋ ਲਾਈਵ ਹੋਗੀ ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਦਾ ਜਿਹੜਾ ਪ੍ਰੋਮੋ ਆ ਉਹ ਵੀ ਜਲਦੀ ਹੀ ਤੁਸੀਂ ਦੇਖੋਗੇ ਇਹੀ ਕਰਨਾ ਚਾਹੁੰਦੇ ਆ ਕਿ ਹਰ ਸਟੇਟ ਵਿੱਚ ਜਾ ਕੇ ਜਿਹੜਾ ਜਿਹੜਾ ਵੀ ਸਟੇਟ ਦਾ ਕੰਮ ਹੈ ਜਿੱਥੇ ਜਿੱਥੇ ਆਪਣੇ ਪੰਜਾਬੀ ਬੈਠੇ ਨੇ ਜੋੜੀਆਂ ਆਉਂਦੀਆਂ ਇਵੈਂਟ ਹੁੰਦੀਆਂ ਨੇ ਤੁਹਾਡਾ ਬਸਾਖੀ ਮੇਲਾ ਹੋ ਗਿਆ ਜਾਂ ਕਿਸੇ ਤਰ੍ਹਾਂ ਦੀ ਵੀ ਇਵੈਂਟ ਆ ਤੁਹਾਡੀ ਪਬਲਿਕ ਇਵੈਂਟ ਹੋ ਗਈ ਤੁਹਾਡੀ ਪ੍ਰਾਈਵੇਟ ਇਵੈਂਟ ਵੀ ਹੋਵੇ ਤਾਂ ਉਹ ਅਸੀਂ ਕਵਰ ਕਰਕੇ ਦਿਖਾਉਣਾ ਚਾਹੁੰਦੇ ਆ ਕਿ ਸਾਡੇ ਪੰਜਾਬੀ ਹਰ ਸਟੇਟ ਦੇ ਵਿੱਚ ਬੈਠੇ ਨੇ ਅਮਰੀਕਾ ਦੀ ਕੋਈ ਅਸੀ ਸਟੇਟ ਨਹੀਂ ਹੈ ਮੈਨੂੰ ਲੱਗਦਾ ਕਿ ਜਿੱਥੇ ਪੰਜਾਬੀ ਨਾ ਹੋਣ ਲੇਕਿਨ ਅੱਜ ਤੱਕ ਜਸਦੀਪ ਵੀ ਨੇ ਕੋਸ਼ਿਸ਼ ਕੀਤੀ ਹੈ ਲੇਕ ਹੁਣ ਜਿਹੜਾ ਆਪਾਂ ਸ਼ੁਰੂਆਤ ਕੀਤੀ ਹੈ ਕਿ ਹਰ ਸਟੇਟ ਵਿੱਚ ਜਾਣਾ ਹੈ ਉਹ ਉੱਥੇ ਜਾ ਕੇ ਪੰਜਾਬੀਆਂ ਦੀ ਕਵਰੇਜ ਕਰਨੀ ਹੈ ਫਿਰ ਵੀ ਮੈਂ ਕਹੂੰਗਾ ਕਿ ਜਿਹੜੇ ਜਿੱਥੇ ਅਸੀਂ ਨਹੀਂ ਕਵਰੇਜ ਕਰ ਸਕੇ ਜਾਂ ਜਿਹੜੀ ਸਟੇਟ ਵਿੱਚ ਅਸੀਂ ਅਜੇ ਤੱਕ ਨਹੀਂ ਪਹੁੰਚੇ ਉੱਥੋਂ ਵੀ ਸਾਨੂੰ ਕਾਲ ਕਰੋ ਔਰ ਸਾਨੂੰ ਦੱਸੋ ਕਿ ਇੱਥੇ ਆਓ ਜੀ ਆਪਾਂ ਉੱਥੇ ਜਾ ਕੇ ਕਵਰੇਜ ਕਰੀਏ ਤਾਂ ਕਿ ਕੋਈ ਐਸੀ ਸਟੇਟ ਨਾ ਰਹਿ ਜਾਏ ਐਸਾ ਕੋਈ ਪੰਜਾਬੀ ਨਾ ਰਹਿ ਜਾਵੇ ਜਿਹਦੇ ਨਾਲ ਆਪਾਂ ਟੱਚ ਨਾ ਕਰ ਸਕੀਏ ਜਿਹੜੇ ਇਸ਼ੂ ਨੇ ਜਾਂ ਸਟੇਟ ਦੇ ਹੋਣ ਚਾਹੇ ਉਹ ਇਸ਼ੂ ਫੈਮਲੀਜ਼ ਨੂੰ ਲੈ ਕੇ ਹੋਣ ਜਾਂ ਉਹ ਇਸ਼ੂ ਜਿਹੜੇ ਆ ਬੱਚਿਆਂ ਨੂੰ ਲੈ ਕੇ ਹੋਣ ਜਾਂ ਗੁਰੂ ਘਰ ਨੂੰ ਲੈ ਕੇ ਹੋਣ ਜਾਂ ਕਿਸੇ ਤਰ੍ਹਾਂ ਦਾ ਵੀ ਇਸ਼ੂ ਆ ਉਹ ਕਿਉਂਕਿ ਕਈ ਇਸ ਡੇਟਾ ਵਿੱਚ ਵਿੱਚ ਰਿਆਂ ਉਹਨਾਂ ਨੇ ਇੱਕ ਐਸੇ ਇਸ਼ੂ ਦੱਸੇ ਕਿ ਜਿਹੜੇ ਦਿਲ ਨੂੰ ਟੱਚ ਕਰ ਗਿਆ ਕਿ ਸਿੰਗਲ ਲੇਡੀਜ਼ ਇੱਥੇ ਜਿਹੜੇ ਇੱਕ ਮਿਲੇ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਕਿਸ ਤਰ੍ਹਾਂ ਸਟਰਗਲ ਕੀਤੀ ਲੇਟਰ ਆਉਣ ਆਪਾਂ ਬਾਅਦ ਵਿੱਚ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਦੀ ਸਟੋਰੀ ਵੀ ਆਊਗੀ ਪੂਰੀ ਲਾਈਫ ਹਿਸਟਰੀ ਕਿ ਇੱਕ ਸਿੰਗਲ ਮਦਰ ਨੇ ਬੱਚਿਆਂ ਨੂੰ ਰੇਸ ਕੀਤਾ ਫਿਰ ਬਿਜ਼ਨਸ ਵੀ ਸੈੱਟ ਕੀਤਾ ਔਰ ਆਪਣਾ ਘਰ-ਬਾਰ ਵੀ ਸੈੱਟ ਕੀਤਾ ਕਿ ਇਹਨੇ ਹੰਭਲ ਜਿਹੜੇ ਸਾਡੇ ਪੰਜਾਬੀ ਪਹਿਣਾ ਵੀਰਾਂ ਨੇ ਸਪੈਸ਼ਲੀ ਪਹਿਣਾ ਨੇ ਜਿਹੜੀ ਉਹ ਭੈਣ ਸੀ ਉਹਨਾਂ ਦਾ ਆਪਾਂ ਨਾਂ ਸਾਰਾ ਕੁਝ ਜਿਹੜਾ ਲੇਟਰ ਆਨ ਚੱਲਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਧਾਵਾਂਗੇ ਉਹਨਾਂ ਨਾਲ ਅਪਾਇੰਟਮੈਂਟ ਲੈ ਕੇ ਗੱਲ ਹੋਊਗੀ ਕਿ ਉਹਨਾਂ ਦੀ ਜਿਹੜੀ ਲਾਈਫ ਸੀ ਇੱਕ ਇਨਸਪਾਇਰਿੰਗ ਲਾਈਫ ਸੀ ਜਿਹਨੂੰ ਆਪਾਂ ਕਹਿੰਨੇ ਕਿ ਜ਼ਿੰਦਗੀ ਜੀਣ ਦਾ ਮਜ਼ਾ ਉਹਨੇ ਲਿਆਰ ਨਾਲ ਦੇ ਨਾਲ ਇੱਕ ਜਨੂਨ ਜਿਹੜਾ ਪੈਦਾ ਕੀਤਾ ਕਿ ਆਪਾਂ ਇਧਰਾਂ ਨਹੀਂ ਕਿ ਜੇ ਮੈਂ ਕੱਲੀ ਆ ਤਾਂ ਮੈਂ ਆ ਕਰ ਨਹੀਂ ਸਕਦੀ ਸਪੈਸ਼ਲੀ ਆਪਣੇ ਪੰਜਾਬੀ ਲੇਡੀਜ਼ ਨੂੰ ਇਹ ਹੁੰਦਾ ਕਿ ਔਰਤਾਂ ਨਹੀਂ ਕਰ ਸਕਦੀ ਲੇਕਿਨ ਉਹਨਾਂ ਨੂੰ ਮਿਲ ਕੇ ਇਦਾਂ ਨਹੀਂ ਲੱਗਾ ਉਹ ਬਿਸਕਾਂਸਨ ਵਿੱਚ ਹੀ ਰਹਿੰਦੇ ਨੇ ਉਹਨਾਂ ਕੋਲ ਟਾਈਮ ਥੋੜਾ ਸੀ ਕਰਕੇ ਆਪਾਂ ਨਹੀਂ ਉਹਨਾਂ ਦੀ ਇੰਟਰਵਿਊ ਪੂਰੀ ਕਰ ਸਕੇ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਜਰੂਰ ਰੂਬਰੂ ਕਰਾਵਾਂਗੇ ਇਸੇ ਗੱਲ ਨੂੰ ਲੈ ਕੇ ਕਿ ਉਹਨਾਂ ਨੇ ਜੋ ਬਿਜ਼ਨਸ ਸੈੱਟ ਕੀਤਾ ਔਰ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਬੱਚੇ ਦੀ ਪਰਵਰਿਸ਼ ਦਾ ਵੀ ਧਿਆਨ ਰੱਖਿਆ ਔਰ ਬਾਕੀ ਪਰਿਵਾਰ ਨਾਲ ਵੀ ਜੁੜੇ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੂੰ ਮਿਲ ਕੇ ਇਹ ਲੱਗੀ ਕਿ ਉਹ ਗੁਰਸਿੱਖੀ ਦੇ ਨਾਲ ਪੂਰੇ ਜੁੜੇ ਹੋਏ ਨੇ ਅੰਬਰਤਾਰੀ ਲੇਡੀ ਉਹਨਾਂ ਲਈ ਵੀ ਉਹਨਾਂ ਨੇ ਗੁਰ ਗੁਰਸਿੱਖੀ ਲਈ ਵੀ ਪੂਰਾ ਟਾਈਮ ਕੱਢਿਆ ਇਹ ਬੜੀ ਹੈਰਾਨੀ ਵਾਲੀ ਗੱਲ ਸੀ ਕਿ ਸਾਰੇ ਖੇਤਰ ਇੱਕ ਔਰਤ ਨੇ ਕਵਰ ਕਰਨੇ ਇੱਕ ਮੈਂ ਉਹਨਾਂ ਨੂੰ ਸਲੂਟ ਕਰਨਾ ਕਿ ਸਲੂਟ ਹੋ ਮੇਰੀ ਭੈਣ ਨੂੰ ਜੇ ਨੇ ਇੱਥੇ ਤੱਕ ਕਵਰ ਕੀਤਾ ਕਿ ਕੋਈ ਪ੍ਰੋਬਲਮ ਹੀ ਨਹੀਂ ਹੈ ਲਾਈਫ ਦੀ ਉਹਨਾਂ ਨੇ ਕਿਹਾ ਕਿ ਜੋ ਮੈਨੂੰ ਮਿਲਿਆ ਮੈਨੂੰ ਮੇਰੇ ਬਾਬੇ ਨਾਨਕ ਨੇ ਦਿੱਤਾ ਹੋਇਆ ਉੱਥੇ ਆ ਕੇ ਮਨ ਨੂੰ ਇਹ ਲੱਗਿਆ ਦੇਖੋ ਇੱਕ ਇਹ ਇਨਸਾਨ ਨੇ ਜਿਨ੍ਹਾਂ ਨੂੰ ਸੰਤੁਸ਼ਟੀ ਮਿਲੀ ਹੋਈ ਆ ਜਿਨ੍ਹਾਂ ਨੇ ਇਹ ਕਰਤਾ ਕਿ ਮੈਂ ਬਾਬੇ ਨਾਨਕ ਦੇ ਲਾੜ ਆਪਣੇ ਆਪ ਨੂੰ ਲਾਤਾ ਤੇ ਬਾਬੇ ਨਾਨਕ ਨੇ ਉਹਨਾਂ ਨੂੰ ਕੋਈ ਕਮੀ ਨਹੀਂ ਛੱਡੀ ਉਹਨਾਂ ਦੇ ਕੋਲ ਕਾਰੋਬਾਰ ਵੀ ਆਪਣਾ ਔਰ ਘਰ ਹੋਣ ਆਪਣਾ ਕਸਟਮ ਹੋਮ ਬਣਾ ਰਹੇ ਨੇ ਜਿਨ੍ਹਾਂ ਨੇ ਸਾਨੂੰ ਇਨਵਾਈਟ ਕੀਤਾ ਹੈ ਆਲਮੋਸਟ ਮਈ ਦੇ ਵਿੱਚ ਮਈ ਜੂਨ ਦੇ ਵਿੱਚ ਆਪਾਂ ਵਾਪਸ ਫਿਰ ਸਕੰਸਨ ਆਉਣਾ ਹੈ ਉਸ ਤੋਂ ਪਹਿਲਾਂ ਜੇ ਕੋਈ ਵੀ ਹੋਸਟ ਡੇਟ ਜਾਂ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਜਿਸ ਤਰ੍ਹਾਂ ਕਿ ਮੈਂ ਨੰਬਰ ਬੋਲਿਆ ਮੇਰਾ ਪਰਸਨਲ ਨੰਬਰ ਵੀ ਹੈ 317 538 5385 ਤੇ ਈਮੇਲ ਵੀ ਹੈ broad@justbroadcasting.com ਜਾਂ ਤੁਸੀਂ ਜਿਹੜੀ ਸਾਡੀ ਚੈਨਲ ਦੀ ਈਮੇਲ ਹੈ info@broadcasting.com ਸਾਨੂੰ ਉੱਤੇ ਈਮੇਲ ਕਰਕੇ ਆਪਣਾ ਸੁਨੇਹਾ ਭੇਜ ਸਕਦੇ ਹੋ ਸਾਨੂੰ ਸਾਝ ਸਕਦੇ ਹੋ ਔਰ ਸਾਡੀ ਕੋਸ਼ਿਸ਼ ਇਹ ਹੋਊਗੀ ਕਿ ਹਰ ਸਟੇਟ ਵਿੱਚ ਜਾ ਕੇ ਅਸੀਂ ਜਿੱਦਾਂ ਮੇਰੀ ਭੈਣ ਨਾਲ ਗੱਲ ਕੀਤੀ ਇਸ ਤਰ੍ਹਾਂ ਦੇ ਜਿਹੜੇ ਇਨਸਾਨ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਐਸੇ ਕੰਮ ਕੀਤੇ ਉਹਨਾਂ ਨੂੰ ਮਿਲিয়ে ਉਹਨਾਂ ਦੀ ਸਟੋਰੀ ਜਿਹੜੀ ਆ ਉਹ ਅੱਗੇ ਲੈ ਕੇ ਆਈਏ ਉਹਨਾਂ ਦੀ ਲਾਈਫ ਦਾ ਜੋ ਸਾਦਨ ਜੋ ਜਿੱਦਾਂ ਉਹਨਾਂ ਨੇ ਲਾਈਫ ਆਪਣੀ ਜੀ ਔਰ ਲਾਈਫ ਨੂੰ इजी ਬਣਾਇਆ ਮੈਂ ਚਾਹਾਂਗਾ ਕਿ ਉਹਨਾਂ ਨੂੰ ਜ਼ਰੂਰ ਉਹਨਾਂ ਦੀ ਲਾਈਫ ਬਾਰੇ ਦੱਸਿਆ ਜਾਵੇ ਤਾਂ ਕਿ ਜਿਹੜੇ ਬਾਕੀ ਦੇ ਭੈਣਾ ਵੀਰ ਜਾਂ ਉਹਨਾਂ ਨੂੰ ਦੇਖ ਰਹੇ ਨੇ ਉਹਨਾਂ ਦੀ ਲਾਈਫ ਤੋਂ ਲੈ ਕੇ ਉਸੇ ਤਰ੍ਹਾਂ ਹੀ ਹੰਬਲ ਬਣ ਉਹ ਦੂਸਰਾ ਇਸ ਇਸ ਤਰ੍ਹਾਂ ਦੇ ਇਨਸਾਨਾਂ ਨੂੰ ਮਿਲ ਕੇ ਮੈਨੂੰ ਪਰਸਨਲੀ ਬੜੀ ਖੁਸ਼ੀ ਮਿਲਦੀ ਆ ਕਿ ਜਦੋਂ ਕੋਈ ਬੰਦਾ ਹਿੰਮਤ ਕਰਦਾ ਹਿੰਮਤ ਹਾਰਦਾ ਨਹੀਂ ਉਹ ਉੱਠ ਕੇ ਕਹਿੰਦਾ ਕੋਈ ਗੱਲ ਨਹੀਂ ਜੇ ਮੈਂ ਸਿੰਗਲ ਆ ਜਾਂ ਮੈਂ ਲੇਡੀ ਆ ਇਹ ਵੀ ਹਿੰਮਤ ਨਹੀਂ ਹਾਰਨੀ ਇਸ ਜਦੋਂ ਮਿਲਦੇ ਆ ਇਸ ਤਰ੍ਹਾਂ ਦੇ ਇਨਸਾਨਾਂ ਨੂੰ ਆਪਣੇ ਆਪ ਨੂੰ ਇੱਕ ਖੁਸ਼ੀ ਮਿਲਦੀ ਆ ਉਹ એનર્ਜੀ ਮਿਲਦੀ ਆ ਜਿਹਨੂੰ ਮੈਂ ਖੁਦ ਇਨਸਪਾਇਰ ਹੋ ਕੇ ਕਹਿੰਨਾ ਕਿ ਐਸੇ ਜਿਹੇ ਇਨਸਾਨ ਨੂੰ ਮਿਲੇ ਜਿਨ੍ਹਾਂ ਨੇ ਖੁਦ ਸਾਰਾ ਕੁਝ ਸੈੱਟ ਕੀਤਾ ਸਪੈਸ਼ਲੀ ਇੱਕ ਫੀਮੇਲ ਹੋਣ ਦੇ ਬਜਾਏ ਉਹਨਾਂ ਨੇ ਹਿੰਮਤ ਨਹੀਂ ਹਾਰੀ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਨੇ ਕਿ ਬਹੁਤ ਵੱਡਾ ਹਾਸਾ ਹੋ ਜਾਏ ਕਿ ਹਸਬੰਡ ਨਾਲ ਨਹੀਂ ਆ ਜਾਂ ਹਸਬੰਡ ਦੀ ਡੈਥ ਹੋ ਗਈ ਜਾਂ ਪ੍ਰੋਬਲਮ ਪੈ ਗਈ ਇਸ ਹੋਣ ਦੇ ਬਾਵਜੂਦ ਵੀ ਤੁਸੀਂ ਹੌਸਲਾ ਨਹੀਂ ਹਾਰਨਾ ਐਸੇ ਜਿਹੇ ਇਨਸਾਨਾਂ ਨੂੰ ਮਿਲ ਕੇ ਮੈਂ ਨੂੰ ਇਦਾਂ ਦੀ ਐਨਰਜੀ ਮਿਲਦੀ ਕਿ ਬੂਸਟ ਹੋਣ ਵਾਲੀ ਜਾਂ ਅੰਦਰ ਜੀ ਤੇ ਇਦਾਂ ਦੀਆਂ ਜਿਹੜੀਆਂ ਗੱਲਾਂ ਨੇ ਦੇਖ ਮੈਂ ਖੁਸ਼ ਨਾ ਸੁਣ ਕੇ ਅਸੀਂਆਂ ਸਟੋਰੀਆਂ ਕਿ ਆਹ ਜਿਹੜੀਆਂ ਚੀਜ਼ਾਂ ਨੇ ਇਹ ਕਿਦਾਂ ਕਿਦਾਂ ਦੇ ਇਨਸਾਨ ਨੇ ਦੁਨੀਆ ਤੇ ਔਰ ਪ੍ਰਮਾਤਮਾ ਨੇ ਉਹਨਾਂ ਨੂੰ ਕਿਦਾਂ ਦੀ ਹਿੰਮਤ ਬਖਸ਼ੀ ਔਰ ਜਿਹੜੇ ਬੰਦੇ ਨੇ ਸਾਰਾ ਖੇਤਰ ਆਪਣੇ ਆਲੇ ਵਾਲੇ ਕਿਹਾ ਬੀ bizness ਵੀ ਹੋ ਗਿਆ ਫਿਰ ਉਹ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਚੰਗੀ ਲੱਗੀ ਕਿ ਉਹ ਗੁਰਸਿੱਖੀ ਨਾਲ ਜੁੜੇ ਹੋਏ ਸੀ ਅਮਰ ਸਖਿਆ ਹੋਇਆ ਬਾਣਾ ਪਾਇਆ ਹੋਇਆ ਗੁਰੂ ਦੇ ਲੜ ਲੱਗੇ ਹੋਏ ਸੀ ਔਰ ਗੁਰੂ ਦੀ ਕਿਰਪਾ ਵੀ ਉਹਨਾਂ ਤੇ ਇੰਨੀ ਹੋਈ ਆ ਕਿ ਜਿਹੜੀ ਅਨਬਿਲੀਵੇਬਲ ਤੇ ਅਨਡਿਸਕ੍ਰਾਈਬਲ ਅਨਡਿਸਕ੍ਰਾਈਬੇਬਲ ਜਿਹੜੂ ਮੈਂ ਸ਼ਬਦਾਂ ਵਿੱਚ ਮੈਨੂੰ ਨਹੀਂ ਲੱਗਦਾ ਮੈਂ ਬਿਆਨ ਕਰ ਸਕੋ ਕਿ ਉਹਨਾਂ ਨੇ ਉਹਨਾਂ ਦੀ ਸਟੋਰੀ ਜਿਹੜੀ ਨਹੀਂ ਇਨਸਪਾਇਰਿੰਗ ਸਟੋਰੀ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਅਸੀਂਆਂ ਜਿਹੜੀਆਂ ਸਟੋਰੀਆਂ ਨੇ ਜਾਂ ਗੱਲਾਂ ਬਾਤਾਂ ਨੇ ਆਪਾਂ ਜ਼ਰੂਰ ਲੈ ਕੇ ਆਵਾਂਗੇ ਆਪਾਂ ਨੂੰ ਚਾਹੀਦਾ ਹੁੰਦਾ ਕਿ ਅਸੀਂ ਜਿਹੜੀ ਸਾਡੀ ਕਮਿਊਨਿਟੀ ਆ ਉਹਦਾ ਅਸੀਂ ਜਿਸ ਤਰ੍ਹਾਂ ਦਾ ਵੀ ਖੇਤਰ ਸਾਨੂੰ ਦੇਖਣ ਨੂੰ ਮਿਲਦਾ ਉਹ ਅਸੀਂ ਜ਼ਰੂਰ ਸਾਹਮਣੇ ਲੈ ਕੇ ਆਈਏ ਤਾਂ ਕਿ ਸਾਡੇ ਲੋਕਾਂ ਨੇ ਇੱਥੇ ਆ ਕੇ ਕਈ ਚੀਜ਼ਾਂ ਕਈ ਬੰਦੇ ਮਿਲੇ ਉਹਨਾਂ ਨੇ ਇਸ ਵਿਸਕੰਸ ਦੀਆਂ ਗੱਲਾਂ ਦੱਸਿਆ ਕਿ 77 ਤੋਂ ਉਹ ਇੱਥੇ ਆਏ ਹੋਏ ਨੇ ਦੇਖੋ ਕਿੰਨਾ 77 ਤੋਂ ਲੈ ਕੇ ਆ ਰਸਾ ਦੇਖੋ ਗੁਰੂ ਘਰ ਦੇ ਸਾਫਕਾ ਪ੍ਰਧਾਨ ਸੀ ਜਿਨ੍ਹਾਂ ਨੇ ਉਹ ਗੱਲਾਂ ਦੱਸਿਆ ਕਿ ਆਹ ਗੱਲਾਂ ਤਾਂ ਹੁੰਦੀਆਂ ਹੀ ਨਹੀਂ ਸੀ ਸੰਗਤ ਵੀ ਇੰਨੀ ਥੋੜੀ ਹੁੰਦੀ ਸੀ ਕਿ ਗੁਰੂ ਘਰ ਵੀ ਨਹੀਂ ਸੀਗਾ ਘਰ ਦੇ ਵਿੱਚ ਉਹ ਗੁਰਦੁਆਰਾ ਲਾਉਂਦੇ ਸੀ ਤੇ ਜਿਹੜਾ ਪ੍ਰਸ਼ਾਦਾ ਪਾਣੀ ਵੀ ਉਹ ਵੀ ਘਰੋਂ ਲੈ ਕੇ ਆਉਂਦੇ ਸੀ ਉਹ ਗੱਲਾਂ ਜਿਹੜੀਆਂ ਨੇ ਮੈਨੂੰ ਬੜੀਆਂ ਯਾਦ ਆਉਂਦੀਆਂ ਕਿ ਇਦਾਂ ਦੀਆਂ ਚੀਜ਼ਾਂ ਇੰਡੀਆ ਨਾਲ ਵੀ ਸੀਗੀਆਂ ਜਦੋਂ ਪਹਿਲਾਂ ਮੈਂ ਵੀ ਆਇਆ ਉਦੋਂ ਵੀ ਉੱਥੇ ਗੁਰੂ ਘਰ ਨਹੀਂ ਹੁੰਦਾ ਸੀ ਘਰ ਦੇ ਵਿੱਚ ਪ੍ਰੋਗਰਾਮ ਕੀਤਾ ਜਾਂਦਾ ਸੀ ਹੁਣ ਤਾਂ ਬਾਬੇ ਦੀ ਇੰਨੀ ਮਿਹਰ ਹੋ ਗਈ ਆ ਕਿ ਜਿਹੜੀ ਵੀ ਸਟੇਟ ਵਿੱਚ ਜਾਣੇ ਉੱਥੇ ਇੱਕ ਜਾਂ ਦੋ ਗੁਰੂ ਘਰ ਜ਼ਰੂਰ ਹੁੰਦੇ ਆ ਲੇਕਿਨ ਕਈ ਸਟੇਟਾਂ ਵਿੱਚ ਤਾਂ ਜ਼ਿਆਦਾ ਹੀ ਅਸੀਂ ਬਣਾਤਾ ਕਿ ਇੰਡੀਆਨਾ ਦੇ ਵਿੱਚ ਇੱਕ ਗੱਲ ਕਰੀ ਅੱਠ ਗੁਰੂ ਘਰ ਨੇ ਅਸੀਂ ਗੁਰੂ ਘਰ ਕਦੇ ਇਦਾਂ ਖੋਲਣ ਲੱਗ ਗਏ ਜਿੱਦਾਂ ਵੀ ਗੁਰੂ ਘਰ ਬਹੁਤ ਵਧੀਆ ਚੀਜ਼ ਆ ਗੁਰੂ ਘਰ ਹੋਣਾ ਚਾਹੀਦਾ ਪਰ ਇੱਕ ਜਾਂ ਦੋ ਉਸ ਤੋਂ ਬਾਅਦ ਤਾਂ ਫਿਰ ਆਪਣੇ ਇੰਨੇ ਗੁਰੂ ਘਰ ਹੋ ਜਾਂਦੇ ਕਿ ਪਤਾ ਨਹੀਂ ਹੁੰਦਾ ਕਿ ਅੱਜ ਐਤਵਾਰ ਆ ਲੰਗਰ ਕਿੱਥੇ ਛਕਣਾ ਕਿਉਂਕਿ ਦੋ ਦੋ ਗੁਰੂ ਘਰਾਂ ਤੋਂ ਫੋਨ ਆਇਆ ਹੁੰਦਾ ਜੀ ਇੱਥੇ ਹੋਣਾ ਤੁਸੀਂ ਇੱਥੇ ਹੋਣਾ ਮੈਂ ਕਹੂੰਗਾ ਕਿ ਗੁਰੂ ਘਰ ਖੋਲ੍ਹਣੇ ਬਹੁਤ ਵਧੀਆ ਗੱਲ ਆ ਲੇਕਿਨ ਪੰਜਾਬੀ ਕਮਿਊਨਿਟੀ ਨੇ ਫੇਰ ਵੀ ਥੋੜੇ ਜਿਸ ਤਰ੍ਹਾਂ ਬਸ ਕੰਸਨ ਲੱਗਿਆ ਕਿ ਇੱਥੇ ਉਹਨਾਂ ਨੇ ਬੜੀ ਹੀ ਵਧੀਆ ਯੂਨੀਕ ਗੱਲ ਦੱਸੀ ਕਿ ਦੋਨਾਂ ਗੁਰੂ ਘਰਾਂ ਦੇ ਵਿੱਚ ਕਦੀ ਵੀ ਵੋਟਾਂ ਪਾ ਕੇ ਕਮੇਟੀ ਚੁਣੀ ਨਹੀਂ ਜਾਂਦੀ ਸਰਬਸੰਮਤੀ ਨਾਲ ਚੁਣੀ ਜਾਂਦੀ ਆ ਇਹ ਬੜੀ ਵੱਡੀ ਗੱਲ ਆ ਕਿਸੇ ਵੀ ਸ਼ਹਿਰ ਦੇ ਵਿੱਚ ਜਿਹੜੇ ਵੀ ਗੁਰੂ ਘਰ ਹੋ ਵੀ ਹੈਗੇ ਨੇ ਜਿੰਨੂੰ ਮੈਂ ਜਾਣਦਾ ਸਰਬਸੰਮਤੀ ਨਾਲ ਕੀ ਚੁਣਿਆ ਜਾਵੇ ਔਰ ਸਰਬਸੰਮਤੀ ਨਾਲ ਹੀ ਕੰਮ ਚੱਲੇ ਤਾਂ ਕਿ ਜਿਹੜਾ ਲੜਾਈ ਝਗੜਾਇਆ ਜਾਂ ਕੋਟ ਕਚਹਿਰੀਆਂ ਦਾ ਕੰਮ ਆ ਉਹ ਤੋਂ ਪਰੇ ਰਹਿਣ ਸਾਰੀਆਂ ਕਮੇਟੀਆਂ ਨੂੰ ਗੁਰੂ ਕਾਜੋਂ ਮੇਰੀ ਇਹੀ ਹਦਾਇਤ ਆ ਕਿ ਮੈਂ ਆਪਣੇ ਰეკਮੈਂਡ ਕਰੂੰਗਾ ਆਪਣੇ ਵੱਲੋਂ ਕਿ ਤੁਸੀਂ ਲੜਾਈ ਨੂੰ ਛੱਡ ਕੇ ਉੱਪਰ ਉਠੋ ਔਰ ਗੁਰੂ ਘਰਾਂ ਦੇ ਜਿਹੜਾ ਪੈਸਾ ਆ ਉਹ ਗਲਤ ਪਾਸੇ ਨਾ ਉਡਾਓ ਜਿਹੜਾ ਸੰਗਤ ਦਾ ਪੈਸਾ ਆ ਉਹ ਜਿਹੜਾ ਸਭ ਤੋਂ ਜ਼ਿਆਦਾ ਦੁੱਖ ਲੱਗਦਾ ਕਿ ਸਾਰੇ ਗੁਰੂ ਘਰਾਂ ਵਿੱਚ ਮੈਂ ਗਿਆ ਜਾ ਕੇ ਅਲੱਗ-ਅਲੱਗ ਸ਼ਹਿਰ ਤੇ ਦੇਖਿਆ ਕਿਸੇ ਵੀ ਗੁਰੂ ਘਰ ਵਿੱਚ ਮੈਨੂੰ ਕੋਈ ਵੀ ਸਾਡਾ ਜੰਕਸਟਰ ਜਿਹੜੇ ਨੇ ਉਹ ਕਮੇਟੀ ਦੇ ਵਿੱਚ ਨਹੀਂ ਮਿਲੇ ਜਿਹੜੀ ਬੜੀ ਹੀ ਮੇਰੇ ਲਈ ਮੈਂ ਸਮਝਦਾ ਮੰਦ ਭਾਗੀ ਗੱਲ ਆ ਮੈਂ ਸਾਰੇ ਗੁਰੂ ਘਰਾਂ ਨੂੰ ਸਾਰੀਆਂ ਕਮੇਟੀਆਂ ਨੂੰ ਇਹ ਆਪਣੇ ਵੱਲੋਂ ਦੱਸ ਪਰਸਨਲ ਸਲਾਹ ਦਿੰਦਾ ਕਿ ਤੁਸੀਂ ਜੰਗਸਟਰ ਨੂੰ ਜਰੂਰ ਜੋੜੋ ਜਿਹੜੇ 20 25 30 ਸਾਲ ਤੋਂ ਸਾਡੇ ਇੱਥੇ ਦੇ ਜੰਮੇ ਪੜੇ ਜੰਗਸਟਰ ਨੇ ਕੋਈ ਗੱਲ ਨਹੀਂ ਉਹਨਾਂ ਨੂੰ ਜੇ ਪੰਜਾਬੀ ਨਹੀਂ ਆਉਂਦੀ ਤੇ ਤੁਹਾਨੂੰ ਵੀ ਅੰਗਰੇਜ਼ੀ ਨਹੀਂ ਆਉਂਦੀ ਮੈਂ ਤਾਂ ਇਹ ਕਹੂੰਗਾ ਕਿ ਅੱਧੀਆਂ ਕਮੇਟੀਆਂ ਦੇ ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਤੇ ਇਸੇ ਤਰ੍ਹਾਂ ਹੀ ਸਾਡੇ ਪੰਜਾਬੀ ਜਿਹੜੇ ਬੱਚੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਤੁਸੀਂ ਜੋੜੋ ਪਿਆਰ ਕਰੋ ਕਿਸੇ ਨੂੰ ਪਿਆਰ ਕਰਕੇ ਦੇਖੋ ਅਗਲਾ ਪਿਆਰ ਦੇ ਨਾਲ ਜਰੂਰ ਸਿੱਖ ਜਾਓਗਾ ਬੱਚੇ ਨੂੰ ਆਪਾਂ ਪਿਆਰ ਕਰਦੇ ਬੱਚਾ ਹੌਲੀ-ਹੌਲੀ ਤੁਹਾਡੇ ਕੋਲ ਦਿੰਦਾ ਇੱਕ ਤੁਸੀਂ ਜਾਨਵਰ ਵੀ ਰੱਖ ਲਓ ਉਹਨੂੰ ਪਿਆਰ ਕਰੋ ਉਹ ਵੀ ਸ਼ਾਮ ਨੂੰ ਤੁਹਾਡੀ ਵੇਟ ਕਰਦਾ ਕਿ ਕਦੋਂ ਮਾਲਕ ਨੇ ਘਰ ਆਉਣਾ ਉਹ ਤੁਹਾਡੇ ਨਾਲ ਖੇਡਣ ਨੂੰ ਤਿਆਰ ਹੁੰਦਾ ਇਸੇ ਤਰ੍ਹਾਂ ਸਾਡੇ ਬੱਚੇ ਨੇ ਮੈਂ ਸਾਰੀਆਂ ਕਮੇਟੀਆਂ ਨੂੰ ਫਿਰ ਤੋਂ ਇਹ ਹਦਾਇਤ ਕਰਦਾ ਕਿ ਜਿੱਥੇ ਵੀ ਤੁਸੀਂ ਬੈਠੇ ਹੋ ਗੁਰੂ ਘਰ ਚਾਹੇ ਉਹ ਵਿਸਕਨਸਨ ਦਾ ਹੋਵੇ ਚਾਹੇ ਇੰਡੀਆਨਾ ਦਾ ਹੋਵੇ ਜਾਂ ਸ਼ਿਕਾਗੋ ਦਾ ਕਹ ਲਿਓ ਕਿਤੇ ਵੀ ਹੋਵੇ ਤੁਸੀਂ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਜੋੜੋ ਉਹਨਾਂ ਨੂੰ ਮੈਂਬਰ ਬਣਾਓ ਨਹੀਂ ਤਾਂ ਉਹਨਾਂ ਨੂੰ ਇਹਨਾ ਤਾਂ ਕਰੋ ਨਾ ਕਿ ਉਹਨਾਂ ਦੀ ਇੱਕ ਕਮੇਟੀ ਹੋਵੇ ਜਿਹੜਾ ਉਹਨਾਂ ਨੇ ਲੰਗਰ ਦਾ ਦੇਖਣਾ ਜਾਂ ਉਹਨਾਂ ਨੇ ਗੁਰੂ ਘਰ ਦੀਆਂ ਫਾਈਲਾਂ ਜਾਂ ਜੋ ਗੁਰੂ ਘਰ ਹੋ ਰਿਹਾ ਉਹਨੂੰ ਇੰਗਲਿਸ਼ ਵਿੱਚ ਅਪਡੇਟ ਕਰਨ ਤਾਂ ਕਿ ਉਹਨਾਂ ਦੇ ਕਾਲਜਾਂ ਤੱਕ ਸਕੂਲਾਂ ਤੱਕ ਯੂਨੀਵਰਸਿਟੀਆਂ ਤੱਕ ਇਹ ਗੱਲ ਜਾਵੇ ਕਿ ਸਿੱਖੀ ਹੈ ਕੀ ਸਿੱਖੀ ਦਾ ਅਸਲੀ ਮਕਸਦ ਕੀ ਹੈ ਜਾਂ ਸਿੱਖੀ ਕਰਨਾ ਕੀ ਚਾਹੁੰਦੀ ਸਿੱਖ ਕੌਮ ਬੜੀ ਹੀ ਯੂਨੀਕ ਡਾਇਮੰਡ ਵਾਲੀ ਕੌਮ ਆ ਜਿਹਨੂੰ ਮੈਂ ਮੰਨਦਾ ਜਿਨ੍ਹਾਂ ਨੇ ਅੱਜ ਤੱਕ ਇੱਥੇ ਤੱਕ ਕੀਤਾ ਕਿ ਕੋਈ ਸੁਨਾਮੀ ਵੀ ਆ ਗਈ ਜਾਂ ਕਿਤੇ ਉਹ ਪਹਿਲਾਂ ਪਹੁੰਚੇ ਨੇ ਜਿਹੜੇ ਖਾਲਸਾ ਜਿਹੜੇ ਰਵੀ ਹੁਣੀ ਉਹ ਕਿੱਥੇ ਵੀ ਪਹੁੰਚਦੇ ਨੇ ਹੋਰ ਵੀ ਆਪਣੇ ਜਿੰਨੇ ਗੁਰੂ ਗ੍ਰੰਥ ਘਰਾਂ ਵਿੱਚ ਮੈਂ ਵਿਚਰਿਆ ਅੱਜ ਤੱਕ ਇੱਥੇ ਤੱਕ ਗੱਲ ਸੁਣੀ ਆ ਕਿ ਜੀ ਆਪਾਂ ਇੱਥੇ ਫੰਡ ਇਕੱਠਾ ਕਰਕੇ ਭੇਜਣਾ ਜਾਂ ਇੱਥੇ ਫੂਡ ਭੇਜਣਾ ਇੱਥੇ ਪਾਣੀ ਭੇਜਣਾ ਬੜੀ ਹੀ ਹੰਬਲ ਕੌਮ ਆ ਸਿਰਫ ਸਾਨੂੰ ਲੋੜ ਆ ਇੱਕ ਬਾਹਰਲੇ ਲੋਕਾਂ ਨੂੰ ਜਿਹੜੇ ਮੈਂ ਬਾਹਰਲੇ ਲੋਕ ਵੀ ਹੋਊ ਆਪਣੀ ਨੇ ਗੋਰੇ ਹੋਏ ਜਾਂ ਕਾਲੇ ਹੋਏ ਦੂਜੀਆਂ ਕਮਿਊਨਿਟੀ ਨੂੰ ਦੱਸਣ ਦੀ ਕਿ ਸਿੱਖ ਕੌਮ ਅਸਲੀ ਹੈ ਕੀ ਔਰ ਅਸੀਂ ਗੁਰੂ ਘਰਾਂ ਵਿੱਚ ਕਿਉਂ ਜਾਂਦੇ ਆ ਗੁਰੂ ਘਰ ਨਾਲ ਕਿਉਂ ਜੁੜੇ ਆ ਉਹ ਗੁਰੂ ਘਰਾਂ ਦਾ ਮੇਨ ਜਿਹੜਾ ਸਾਡਾ ਮਕਸਦ ਹੈ ਉਹ ਕੀ ਹੈ ਉਹ ਸਾਡਾ ਮਕਸਦ ਇਹ ਹੋਣਾ ਚਾਹੀਦਾ ਕਿ ਆਪਾਂ ਗੁਰੂ ਘਰ ਵਿੱਚ ਜਾ ਕੇ ਉੱਥੇ ਬਾਹਰ ਦੀਆਂ ਕਮਿਊਨਿਟੀ ਨੂੰ ਲੈ ਕੇ ਆਉਣਾ ਔਰ ਦੱਸਣਾ ਉਹ ਸਾਡੇ ਬੱਚਿਆਂ ਨੂੰ ਜਿਹੜੇ ਇੱਥੇ ਦੇ ਪੜੇ ਲਿਖੇ ਬੱਚੇ ਨੇ ਉਹਨਾਂ ਨੂੰ ਇਹ ਕਹਿਣਾ ਕਿ ਦੇਖੋ ਜੀ ਤੁਸੀਂ ਆਓ ਆ ਕੇ ਸੰਗਤ 'ਤੇ ਬੈਠੋ ਇਹ ਨਹੀਂ ਕਿ ਉਹਨੇ ਵਾਲ ਕੱਟੇ ਹੋਏ ਨੇ ਉਹਨੇ ਦਾੜ੍ਹੀ ਕੱਟੀ ਹੋਈ ਹੈ ਜੀ ਉਹ ਇਦਾਂ ਦਾ ਲੱਗਦਾ ਉਹ ਹਿੱਦੂ ਆ ਜੀ ਉਹ ਫਲਾਨਾ ਆ ਨਹੀਂ ਕੋਈ ਵੀ ਬੰਦਾ ਤੁਸੀਂ ਉਹਨੂੰ ਆਪਣੇ ਗੁਰੂ ਘਰ ਵਿੱਚ ਬੁਲਾਓ ਔਰ ਉਹਨੂੰ ਸਿੱਖੀ ਬਾਰੇ ਦੱਸੋ ਜਦੋਂ ਦੱਸੋਗੇ ਉਹ ਜ਼ਰੂਰ ਸਮਝੂਗਾ ਕਿ ਇੱਕ ਐਸੀ ਜੀ ਹੰਬਲ ਕੌਮ ਜਾਂ ਐਸਾ ਜਿਹਾ ਕਲਚਰ ਜਿਹੜਾ ਉਹਨੂੰ ਮਿਲੂਗਾ ਮੈਂ ਗਰੰਟੀ ਦਿੰਦਾ ਕਿ ਜਿੰਨੇ ਗੋਰਿਆਂ ਨੂੰ ਅੱਜ ਤੱਕ ਸਮਝਾਇਆ ਗਿਆ ਜਾਮਕਸੀਕਿਆਂ ਨੂੰ ਕਾਲਿਆਂ ਨੂੰ ਉਹ ਉਹਨਾਂ ਦਾ ਇਹ ਹੋਇਆ ਵਾਓ ਵਾਓ ਦਾ ਮਤਲਬ ਜਦੋਂ ਆਪਾਂ ਕਹਿੰਨੇ ਵੀ ਵਾਓ ਇਹ ਵਾਓ ਉਥੇ ਨਿਕਲਦਾ ਜਿੱਥੇ ਬੰਦਾ ਇਨਸਪਾਇਰ ਹੁੰਦਾ ਇਨਸਪਾਇਰ ਹੋ ਕੇ ਗੱਲ ਕਰਦਾ ਕਿ ਤੁਸੀਂ ਤੁਹਾਡੀ ਕਮਿਊਨਿਟੀ ਇਦਾਂ ਦੇ ਕੰਮ ਕਰਦੀ ਆ ਫਿਰ ਆਪਾਂ ਇਹ ਗੱਲਾਂ ਨਹੀਂ ਮੁੱਕਣੀਆਂ ਜਿਵੇਂ ਤੁਸੀਂ ਮੈਨੂੰ ਸਾਰੀ ਰਾਤ ਇਦਾਂ ਮੈਂ ਗੱਲਾਂ ਕਰਦਾ ਉਹਨਾਂ ਮੁੱਕਣੀਆਂ ਨਹੀਂ ਪਰ ਜਿਹੜਾ ਟਾਈਮ ਹੈ ਉਹ ਬੜੀ ਜਲਦੀ ਹੋ ਜਾਂਦਾ ਜਿਹੜਾ ਅੱਜ ਦਾ ਸ਼ੋਅ ਸੀ ਆਪਾਂ ਵਿਸ칸ਸਨ ਤੋਂ ਕਰ ਰਹੇ ਸੀ ਇਹਨੂੰ ਆਪਾਂ ਇੱਥੇ ਬ੍ਰੇਕ ਮਾਰਾਂਗੇ ਤਾਂ ਫਿਰ ਰੂਬਰੂ ਹੋਵਾਂਗੇ ਜਿੱਥੇ ਨਵੇਂ ਸ਼ਹਿਰ ਜਾਵਾਂਗੇ ਉੱਥੇ ਜਾ ਕੇ ਤੁਹਾਨੂੰ ਉਹ ਸ਼ਹਿਰ ਬਾਰੇ ਜ਼ਰੂਰ ਦੱਸਾਂਗੇ ਇਸੇ ਨਾਲ ਹੀ ਆਪਾਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਤੋਂ ਹੱਤ ਮੰਗਦੇ ਆ ਦਿਓ ਜਮੀਬਰਾ ਨੂੰ ਅੱਜ ਮਿਲਦੇ ਆ ਫਿਰ ਲਾਈਵ ਸ਼ੋਅ ਦੇ ਨਾਲ ਧੰਨਵਾਦ